A for cell. Cell ਨਹੀਂ ਬਾਪੂ, A for apple ਹੁੰਦਾ। ਉਹ ਮੰਨਿਆ ਵੀ ਪੰਜਾਬੀ ਤਾਂ ਮਾਂ ਬੋਲੀ ਆ, ਹਿੰਦੀ ਚੱਲ ਮਾਸੀ ਮੰਨ ਲੈਂਦੇ ਆ, ਆਹ ਦੁਸ਼ਮਣ ਵਾਲੀ ਅੰਗਰੇਜ਼ੀ। ਆ ਕੀ ਆ ਬੀ ਫਾਰ? ਬੀ ਫਾਰ ਓਏ ਓਏ, ਭੁੱਲੇ ਕਾ ਕਾਲਾ ਨਹੀਂ ਹੈਗਾ। ਪਰ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ ਦਿੰਦਾ। ਅੱਜ ਏ ਫਾਰ ਐਪਲ, ਉਹ ਕੋਈ ਗੱਲ ਨਹੀਂ, ਐਡੀ ਗੱਲ ਵੀ ਨਹੀਂ ਹੈਗੀ। ਦੇ ਦਿੰਦਾ ਤੇਰੇ ਆਲੂ ਵਾਲੇ ਪਰੌਂਠੇ, ਜੇ ਖਾਧੇ ਕਸਰ ਜਾ ਪੁੱਤ ਦੀਪੇ, ਦੋ ਆਲੂ ਵਾਲੇ ਪਰੌਂਠੇ ਲਾ ਕੇ ਦੇ ਦੇ ਇਹਨੂੰ। ਆ ਕੀ ਹੈ ਸੀ ਫਾਰ? ਮਾਣੋ ਬਿੱਲੀ। ਮੇਰਾ ਜੀ ਕਰਦਾ ਮੈਂ ਉੱਥੇ ਜੁੰਡੇ ਪੱਟ ਲਾ। ਓਏ ਮਾਣੋ ਬਿੱਲੀ ਆ, ਦੇਖ ਅਰੇ ਮਾਣੋ ਕੀ ਪੜ ਕੇ ਆਉਣਾ ਉੱਥੇ ਤੂੰ? ਪੁੱਤ ਬਾਪੂ ਪੜਿਆ ਕਰ। ਕੈਨੇਡਾ ਦੀ ਕੀ ਗੱਲ ਆ, ਆਪਾਂ ਹੁਣੇ ਲਾ ਲੈਂਦੇ ਹਾਂ ਹੋਰ। ਹੈਲੋ, ਹਾਂਜੀ ਕੈਨੇਡਾ ਤੋਂ ਜੀ। ਹਾਂਜੀ ਮੈਂ ਰੋਮੀ ਸਿੰਘ ਬੋਲ ਰਿਹਾ ਜੀ, ਮੈਰਿਜ ਬਿਊਰੋ ਤੋਂ। ਕੀ ਹਾਲ ਚਾਲ ਹੈ ਜੀ? ਇੱਕ ਬਹੁਤ ਵਧੀਆ ਫੈਮਿਲੀ ਸੀਗੀ, ਜੇ ਤੁਸੀਂ ਕਹੋ ਤਾਂ ਮੈਂ ਰਿਸ਼ਤੇ ਦੀ ਗੱਲ ਚਲਾਵਾਂ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਮੈਂ ਉਹ ਸਾਰਾ ਕਲੀਅਰ ਕਰ ਲਾਂਗਾ। ਮੈਂ ਤੁਹਾਨੂੰ ਸਾਰੀ ਗੱਲਬਾਤ ਤੁਹਾਨੂੰ ਮੈਂ ਦੁਬਾਰੇ ਦੱਸ ਦਿੰਦਾ। ਹਾਂਜੀ ਹਾਂਜੀ, ਓਕੇ ਓਕੇ, ਕੋਈ ਗੱਲ ਨਹੀਂ, ਓਕੇ ਓਕੇ। ਉਹ ਤਾਂ ਮੰਨੇ ਲੈ, ਤੁਸੀਂ ਬਸ ਤਿਆਰੀ ਕਰੋ ਕੈਨੇਡਾ ਜਾਣ ਦੀ। ਹੋਰ ਦੱਸੋ ਕੀ ਚਾਹੁੰਦੇ ਹੋ? ਬਸ ਕੈਨੇਡਾ ਜਾਣਾ ਚਾਹੁੰਦੇ, ਹੋਰ ਕੀ ਚਾਹੁੰਦੇ ਆ ਜੀ? ਪਰ ਇੱਕ ਕੁੜੀ ਵਾਲੇ ਦੀ ਸ਼ਰਤ ਆ ਕਿ ਫੈਮਿਲੀ ਪੜ੍ਹੀ ਲਿਖੀ ਹੋਣੀ ਚਾਹੀਦੀ ਆ, ਸਟੇਟਸ ਵਾਲੀ। ਬਾਪੂ ਦਾ ਕਿਵੇਂ ਕਰਾਂਗੇ ਯਾਰ, ਬਾਪੂ ਤਾਂ ਜਮਾਂ ਹੀ ਚੱਡ ਹੀ ਆ। ਮੇਰੀ ਪੜ੍ਹਾਈ ਲਿਖਾਈ ਦਾ ਤੁਹਾਨੂੰ ਪਤਾ ਹੀ ਹੈ, ਮੇਰੇ ਸਟੇਟਸ ਦਾ ਵੀ ਤੁਹਾਨੂੰ ਪਤਾ ਹੀ ਹੈ। ਪਰ ਜਿਹੜੇ ਮੇਰੇ ਫਾਦਰ ਸਾਹਿਬ ਆ ਨਾ, ਉਹ ਤਾਂ ਵੈਲ ਐਜੂਕੇਟਡ, ਵੈਲ ਪਰਸਨੈਲਿਟੀ, ਹੀ ਬਿਲੋਂਗ ਟੂ ਅ ਰਿਚ ਫੈਮਿਲੀ, ਰਿਚ ਫੈਮਿਲੀ। ਉਹ ਬਸ ਉਹ ਫਿਰ ਤਾਂ ਰਿਸ਼ਤਾ ਪੱਕਾ ਸਮਝੋ। ਹਾਂ ਬਸ ਤੁਸੀਂ ਤਿਆਰੀ ਕਰੋ। ਹਾਂ ਨੈਕਸਟ ਮਿੰਟ। ਹਾਂ ਨਾਈਸ ਪਰਸਨ, ਓਕੇ। ਯਾਰ ਮੈਂ ਗਿਆ ਸੀ ਰੋਮੀ ਸਿੰਘ ਕੋਲ, ਉਹਨੇ ਕੈਨੇਡਾ ਗੱਲ ਵੀ ਕਰ ਲਈ ਹੈ ਅਤੇ ਰਿਸ਼ਤਾ ਵੀ ਮਿਲਦਾ। ਪਰ ਉਹ ਕਹਿੰਦਾ ਵੀ ਕੁੜੀ ਵਾਲਿਆਂ ਦੀ ਡਿਮਾਂਡ ਹੈ ਵੀ ਜਿਹੜੀ ਫੈਮਿਲੀ ਹੈ ਉਹ ਵੈਲ ਐਜੂਕੇਟਡ ਹੋਣੀ ਚਾਹੀਦੀ ਹੈ, ਪੜ੍ਹੀ ਲਿਖੀ ਹੋਣੀ ਚਾਹੀਦੀ ਹੈ, ਸਟੇਟਸ ਵਾਲੀ ਹੋਣੀ ਚਾਹੀਦੀ ਹੈ। ਵੀ ਹੁਣ ਤੁਹਾਨੂੰ ਪਤਾ ਵੀ ਮੈਂ ਤਾਂ ਜਗਾੜ ਕਰ ਲੈਣਾ, ਜਦੋਂ ਕੁੜੀ ਵਾਲੇ ਆਪਣੇ ਘਰ ਆਉਣਗੇ ਤਾਂ ਬਾਪੂ ਨੇ ਤਾਂ ਗੱਡਪੁਣਾ ਘੋਲ ਦੇਣਾ। ਉਹ ਨਾ ਤਾਂ ਕਿਸੇ ਦੀ ਗੱਲ ਸੁਣਦਾ ਅਤੇ ਨਾ ਕਿਸੇ ਨੂੰ ਗੱਲ ਕਰਨ ਦਿੰਦਾ। ਮੈਨੂੰ ਹੁਣ ਇਹ ਚਿੰਤਾ ਹੋਈ ਪਈ ਹੈ ਵੀ ਆਪਾਂ ਕਰੀਏ ਤਾਂ ਕੀ ਕਰੀਏ? ਤੁਸੀਂ ਮੇਰੇ ਭਰਾ ਹੈ, ਪੰਚਾਇਤੀ ਹੈ, ਮੈਨੂੰ ਸਮਝਾਓ, ਦੱਸੋ ਵੀ ਆਪਾਂ ਇਹ ਕਹਾਣੀ ਕਿਵੇਂ ਫਿੱਟ ਕਰੀਏ। ਮੈਂ ਨਾ ਤਾਏ ਨੂੰ ਸਕੂਲੇ ਅੰਗਰੇਜ਼ੀ ਪੜ੍ਹਨ ਲਾ ਦਈਏ। ਆਹੋ ਬਾਪੂ ਨੇ ਜਦੋਂ ਪਟਰ ਪਟਰ ਅੰਗਰੇਜ਼ੀ ਬੋਲੀ ਨਾ, ਇੱਥੋਂ ਪਤਾ ਲੱਗੂਗਾ ਵੀ ਤੁਸੀਂ ਐਜੂਕੇਟਡ ਵੀ ਹੋ ਅਤੇ ਸਟੇਟਸ ਵਾਲੇ ਵੀ ਹੋ। ਹਾਂ ਹਾਂ ਹਾਂ, ਮੈਂ ਵੀ ਇਹੀ ਗੱਲ ਕਹਿੰਦਾ, ਛੇਤੀ ਕਰੋ ਤਾਂ ਛੜੇ ਮਰ ਜਾਓਗੇ। ਭਾਈ ਜੇ ਇੱਥੇ ਤਾਂ ਮੈਂ ਭੁੱਲਰ ਮਾਸਟਰ ਨਾਲ ਗੱਲ ਤੋਰਾਂ। ਲੈ ਇਹ ਤਾਂ ਮੈਂ ਭੁੱਲਿਆ ਬੈਠਾ ਸੀ, ਭੁੱਲਰ ਮਾਸਟਰ ਜੀ ਤਾਂ ਮੇਰੇ ਨਾਲ ਵੀ ਲਿਆ ਗਿਆ, ਬੜੀ ਵਧੀਆ ਅੰਗਰੇਜ਼ੀ ਪੜ੍ਹਾਉਂਦਾ। ਭੁੱਲਰ ਮਾਸਟਰ ਦੇ ਪੜ੍ਹਾਈ ਨਹੀਂ ਮਾਰ ਖਾਂਦੇ। ਐਂ ਕਰਦੇ ਹਾਂ, ਕੱਲ੍ਹ ਨੂੰ ਆਪਾਂ ਬਾਪੂ ਨੂੰ ਭੁੱਲਰ ਮਾਸਟਰ ਕੋਲ ਛੱਡ ਆਉਂਦੇ ਹਾਂ। ਜਦੋਂ ਕੁੜੀ ਵਾਲੇ ਆਉਣਗੇ, ਬਾਪੂ ਨੇ ਜਦੋਂ ਬੋਲੀ ਨਾ ਪਟਰ ਪਟਰ ਅੰਗਰੇਜ਼ੀ, ਆਪੇ ਇੰਪ੍ਰੈਸ ਹੋ ਜਾਣਗੇ, ਕੱਲ੍ਹ ਨੂੰ ਹੀ ਬਾਪੂ ਨੂੰ ਪਾ ਕੇ ਆਉਣਾ ਪੜ੍ਹਨੇ। ਬਾਪੂ ਆ ਗਿਆ, ਰੋਟੀ ਪੈਕ ਕਰਤੀ ਹੈ ਤੇਰੀ। ਓਏ ਆ ਜਾ ਪੁੱਤ। ਓ ਬਾਪੂ ਆ। ਓਹੋ ਦਿਮਾਗ ਖਰਾਬ। ਸਮਾਨ ਤਾਂ ਪੂਰਾ। ਓਏ ਆ ਜਾ, ਹੁਣ ਲੇਟ ਹੋਈ ਜਾਂਦਾ 8 ਵਜਣ ਚ, 5 ਮਿੰਟ ਆ ਬੁੱਕਸ ਵੀ ਪਾ ਦੀਆਂ ਤੇਰੀਆਂ। ਆਪਾਂ ਲੈ ਲੈ।
ਮੇਰੀ ਉਂਗਲੀ ਮੁਗਲੀ ਲੈ ਇਹ ਕੰਮ ਤਾਂ ਰਹਿ ਗਿਆ ਜਦੋਂ ਸਕੂਲ ਜਾਣਾ ਆਵੇ ਨਾ ਪੜ੍ਹਨ ਨਹੀਂ ਖਾ ਕੇ ਜਾਈਦਾ ਹੁੰਦਾ ਉਹਦੇ ਨਾਲ ਤਾਂ ਦਿਮਾਗ ਠੰਡਾ ਰਹਿੰਦਾ ਨਾਲੇ ਉਹ ਵੀ ਚੰਗਾ ਹੁੰਦਾ ਪੜ੍ਹਾਈ ਵਧੀਆ ਹੁੰਦੀ ਹੈ ਕਮਲਿਆ ਉਹ ਬਾਪੂ ਪੈ ਜਾਂਦੀ ਹੈ ਮੈਨੂੰ ਲੱਗਦਾ ਮਾਸਟਰ ਤੋਂ ਡਰਦਾ ਹੀ ਮੋਕ ਮਾਰੀ ਜਾਂਦਾ ਚੱਲ ਮਾਰਿਆ ਮਾਰਿਆ ਉਹ ਜਾਇਆ ਜਾਇਆ ਅੱਛਾ ਨਾ ਇੱਥੇ ਟਿਊਸ਼ਨ ਰੱਖੀ ਆ ਅੰਗਰੇਜ਼ੀ ਬਹੁਤ ਔਖੀ ਹੈ ਐ ਕਰਦਾ ਜਿਵੇਂ ਅੰਗਰੇਜ਼ੀ ਵਾਲੀ ਮੈਡਮ ਬੈਠੀ ਹੁੰਦੀ ਅੰਦਰ ਉਹ 8:30 ਹੋ ਗਿਆ ਨਾ ਤੂੰ ਕਾਹਦਾ ਆਉਣਾ ਮੈਂ ਹੀ ਆਉਣਾ ਹਾਂ ਕੀ ਅੰਦਰ ਵੜ ਕੇ ਬਹਿ ਗਿਆ 8:30 ਹੋ ਗਿਆ ਜਾਣਾ ਨੀ ਸਕੂਲ ਉਹ ਚੱਲਦਿਆਂ ਮੜੇ ਮੈਂ ਹੱਥ ਧੋਇਆ ਵਾਂ ਹੱਥ ਧੋਇਆ ਵਾਂ ਆ ਇੱਧਰ ਬੰਦਾ ਵੜ ਕੇ ਹੋਰ ਚੱਲ ਧੋਣ ਤੇ ਤਾਂ ਗੱਡਾ ਲਾ ਦੀ ਚੰਗਾ ਉੱਥੇ ਮਾਸਟਰ ਨੇ ਮੁਰਗਾ ਬਣਾ ਦੇਣਾ ਮੈਨੂੰ ਉਹ ਨਹੀਂ ਮੁਰਗਾ ਬਣਾਉਂਦੇ ਮੈਂ ਕਹਾਂਗਾ ਮਾਸਟਰ ਨੂੰ ਜਾ ਕੇ ਮੈਂ ਤਾਂ ਕਹਿੰਦਾ ਮੈਂ ਘਰੇ ਬੈਠ ਕੇ ਪੜ ਲੂੰਗਾ ਰਹਿਣ ਦਿੰਦੇ ਅੱਜ ਉਹ ਨਹੀਂ 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 ਨਾਲੇ ਮੈਂ ਤੈਨੂੰ ਹੋਰ ਦੱਸਾਂ ਇਹਨੂੰ 50 ਰੁਪਏ ਦੀਆਂ ਟੋਫੀਆਂ ਲੈ ਕੇ ਦੇਊਂਗਾ ਚੱਲ ਮੇਰਾ ਬਾਪੂ ਬੱਗਾ ਰੋਲ ਨੰਬਰ 1 ਰੋਲ ਨੰਬਰ 2 ਰੋਲ ਨੰਬਰ 3 ਵੈਰੀ ਗੁੱਡ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਹਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਬਾਪੂ ਜੀ ਨੇ ਆਪਾਂ ਅੰਗਰੇਜ਼ੀ ਸਿਖਾਉਣੀ ਹੈ ਹਾਂਜੀ ਦੱਸਿਆ ਸੀ ਤੁਸੀਂ ਤੇ ਥੋੜ੍ਹੇ ਲੜ ਲਾ ਦਿੰਦੇ ਹਾਂ ਇਹਨਾਂ ਨੂੰ ਸਿਖਾਓ ਅੰਗਰੇਜ਼ੀ ਕੋਈ ਨਹੀਂ ਕੋਈ ਗੱਲ ਨਹੀਂ ਅੰਗਰੇਜ਼ੀ ਸਿਖਾ ਦਾਂਗੇ ਜੀ ਠੀਕ ਹੈ ਬਾਪੂ ਠੀਕ ਹੈ ਮੁੰਡਾ ਤੂੰ ਪਰਵਾਹ ਨਾ ਮੰਨ ਤੂੰ ਚੱਲ ਘਰ ਨੂੰ ਤੇ ਮੈਂ ਮਾਸਟਰ ਜੀ ਤੋਂ ਅੰਗਰੇਜ਼ੀ ਸਿੱਖਦਾ ਮੈਂ ਤਾਂ ਪਾ ਦੂੰ ਪੜ੍ਹਨੇ ਚਲਾਓ ਬਾਪੂ ਜੀ ਠੀਕ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਸੀਂ ਫਿਕਰ ਨਾ ਕਰੋ ਜੀ ਕੋਈ ਗੱਲ ਨਹੀਂ ਅੰਗਰੇਜ਼ੀ ਸਿਖਾ ਦਾਂਗੇ ਨਾ ਓਕੇ ਬੋਲੋ ਬੱਚੋ A ਫੋਰ ਐਪਲ A ਫੋਰ ਐਪਲ B ਫੋਰ ਬੁਆਏ B ਫੋਰ ਬੁਆਏ C ਫੋਰ ਕੈਟ C ਫੋਰ ਕੈਟ D ਫੋਰ ਡੌਗ D ਫੋਰ ਡੌਗ E ਫੋਰ ਐਲੀਫੈਂਟ E ਫੋਰ ਐਲੀਫੈਂਟ F ਫੋਰ ਫਿਸ਼ F ਫੋਰ ਫਿਸ਼ ਆ ਪਤਾ ਨਹੀਂ ਕੀ ਕਹਿ ਗਿਆ ਮਾਸਟਰ ਜੀ ਇਸਨੇ ਚੁੰਡੀ ਵੱਢੀ ਹੈ ਉਹ ਅੰਕਲ ਕਿਉਂ ਬੱਚਿਆਂ ਨੂੰ ਚੁੰਡੀਆਂ ਵੱਢੀ ਜਾਂਦਾ ਕਿਉਂ ਡਿਸਟਰਬ ਕਰੀ ਜਾਂਦਾ ਮੈਂ ਨਹੀਂ ਵੱਢੀ ਜੀ ਮੈਂ ਤਾਂ ਪੈਨ ਚੱਕਦਾ ਤੇ ਐ ਮਾੜਾ ਜਿਹਾ ਲੱਗ ਗਿਆ ਮੈਂ ਕਦੋਂ ਚੁੰਡੀ ਵੱਢੀ ਹੈ ਤੇਰੇ ਯਾਰ ਜੀ ਨੇ ਚੁੰਡੀ ਵੱਢੀ ਚੂੜ ਮਾਰਦਾ ਉਹ ਵੇਲਾ ਬੱਚੇ ਕਹੀ ਜਾਂਦੇ ਚੁੰਡੀਆਂ ਵੱਢੀਆਂ ਹਾਂ ਵੱਢੀ ਆ ਤਾਂ ਵੱਢੀ ਆ ਸਹੀ ਹੁਣ ਤੁਸੀਂ ਮੈਨੂੰ ਭਜਾ ਦਿਓ ਫਿਰ ਤੰਗ ਕਰਦਾ ਜਵਾਕਾਂ ਨੂੰ ਕਦੇ ਤੁਹਾਨੂੰ ਤੰਗ ਕਰਦਾ ਤੁਸੀਂ ਮੈਨੂੰ ਭਜਾਉਂਦੇ ਕਿਉਂ ਨਹੀਂ ਫਿਰ ਉਹ ਮੈਂ ਤੇਰੇ ਮੁੰਡੇ ਨਾਲ ਜ਼ਬਾਨ ਕੀਤੀ ਸੀ ਅੰਕਲਾ ਤੇ ਮੈਂ ਤੇਰੇ ਪਿਓ ਨੂੰ ਇੰਗਲਿਸ਼ ਸਿਖਾ ਕੇ ਛੱਡਾਂਗਾ ਠੀਕ ਨਾ ਤੈਨੂੰ ਕੱਢਣਾ ਤਾਂ ਮੇਰਾ ਇੰਨੇ ਦਾ ਕੰਮ ਆ ਨਹੀਂ ਤਾਂ ਹੁਣ ਮੈਂ ਕਦੋਂ ਦਾ ਕੱਢ ਦਿੰਦਾ ਬੰਦੇ ਦਾ ਪੁੱਤ ਉਹ ਮੇਰਾ ਮਤਲਬ ਇਹ ਬੰਦਾ ਬਣ ਕੇ ਬਹਿ ਜਾ ਤੇ ਪੜ ਧਿਆਨ ਨਾਲ ਠੀਕ ਹੈ ਸਿਰਫ 27 ਦਿਨਾਂ 'ਚ ਯੂਕੇ ਦੇ 337 ਵੀਜ਼ੇ ਵੀ ਜੇ ਕਿਤੇ ਸਾਡੀ ਫੈਮਿਲੀ ਪੜ੍ਹ ਜੇ ਨਾ ਲੈ ਫੈਮਿਲੀ ਨੂੰ ਅਸੀਂ ਕਿਹੜਾ 35 ਜਣੇ ਆ ਢਾਈ ਤਾਂ ਰੋਜ਼ ਲੂੰਗਾ ਇੱਕ ਮੈਂ ਅਤੇ ਇੱਕ ਮੇਰਾ ਬਾਪੂ
ਮੈਂ ਤਾਂ ਅੰਗਰੇਜ਼ੀ ਨੂੰ ਮੂੰਹ ਮਾਰੀ ਰਹਿੰਦਾ। ਜੇ ਕਿਤੇ ਬਾਪੂ ਪੜ੍ਹ ਗਿਆ ਨਾ ਤਾਂ ਪੱਕੇ ਕੈਨੇਡਾ ਵਾਲੇ ਵੱਜਣ ਲੱਗ ਜਾਣਗੇ। ਦੀਪਾ ਕੈਨੇਡਾ ਵਾਲਾ ਬਾਪੂ ਨੂੰ ਵੀ ਕਹਿ ਦਾਂਗੇ ਵੀ ਆਪਦਾ ਬਿਜ਼ਨਸ ਬਦਲ ਲਾ, ਆਹ ਛੱਡ ਪੈਂਚਰ ਪੁੰਚਰ ਲਾਉਣੇ। ਫਿਰ ਬਾਪੂ ਨਾ ਜਹਾਜ਼ਾਂ ਦੇ ਪੈਂਚਰ ਲੈ ਲਈ, ਉਹ ਵੀ ਉੱਡੇ ਜਾਂਦੇ ਜਹਾਜ਼। ਆਏ ਵੱਡੇ ਜੀਤ ਨੂੰ ਪੜਾਉਣ ਵਾਲੇ, ਜੀਤ ਦੇ ਪੈਂਚਰ ਲਾਉਣ ਨੂੰ ਫਿਰਦਾ ਸੀ। ਉਹ ਜੀਤ ਦਾ ਜਦੋਂ ਲਾਉਂਦਾ ਪੱਕਾ ਪੈਂਚਰ ਹੀ ਲਾਉਂਦਾ ਗਾ। ਉਹ ਮੰਨਿਆ ਵੀ ਪੰਜਾਬੀ ਤਾਂ ਮਾਂ ਬੋਲੀ ਆ, ਹਿੰਦੀ ਚੱਲ ਮਾਸੀ ਮੰਨ ਲੈਂਦੇ ਆ, ਆਹ ਦੁਸ਼ਮਣ ਵਾਲੀ ਅੰਗਰੇਜ਼ੀ ਉਹ ਇਹ ਨੀ ਅਸੀਂ ਪੜ ਹੁੰਦੀ, ਇਹਨੂੰ ਤਾਂ ਦੇਖ ਕੇ ਚੀਜ਼ ਹੀ ਚੜ੍ਹਦੀ ਆ ਗਈ। ਕਿੱਥੇ ਬੁੱਢੇ ਬਾਰੇ ਝੋਲਾ ਚੁਕਾਤਾ। ਚੱਲ ਕੋਈ ਗੱਲ ਨੀ, ਦੇਖਦੇ ਆ ਜੀਤ ਨੂੰ ਪੜ੍ਹਾਉਣ ਨੂੰ ਫਿਰਦੇ ਨੇ, ਮੈਂ ਤਾਂ ਸਾਰਿਆਂ ਨੂੰ ਪੜ੍ਹਨੇ ਪਾ ਦੂੰਗਾ। ਐ ਨੀ ਜੀਤ ਦੱਬਦਾ, ਕੋਈ ਗੱਲ ਨੀ। ਦਿਖਾ ਮੈਨੂੰ ਉਹ ਬੁੱਕ, ਦਿਖਾ ਬੁੱਕ। ਹਾਂ ਓਏ ਬੁੱਕ ਨੀ ਯਾਰ, ਓਏ ਬੁੱਕ ਯਾਰ ਦੇਖ ਲੈ ਬੁੱਕ। ਓਏ ਬੁੱਕ ਨੀ, ਮਾੜਾ ਮੋਟਾ ਅੰਗਰੇਜ਼ੀ ਨੂੰ ਮੂੰਹ ਮਾਰਿਆ ਕਰ, ਫਿਰ ਕੈਨੇਡਾ ਵਾਲੇ ਬਣਾਂਗੇ। ਐ ਨੀ ਬਣਨੇ ਕੈਨੇਡਾ ਵਾਲੇ, ਬੁੱਕ ਕਿਤਾਬ ਕਿਤਾਬ। ਅੱਛਾ ਕਾਇਦਾ ਕਾਇਦਾ। ਹਾਂ ਕਾਇਦਾ ਕਾ ਹੋ ਕਾਇਦਾ। ਇੱਕ ਤਾਂ ਆਹ ਪਤਾ ਨੀ ਕਿੱਥੋਂ ਲਾਤੇ, ਸਾਡੇ ਕੋਲੇ ਹੁੰਦੇ ਤੇ ਬੋਰੀਆਂ ਵਾਲੇ ਝੋਲੇ ਜੇ। ਕਿਹੜੀ ਕਿਤਾਬ ਆ ਕਾਇਦਾ? ਆ ਟੈਸਟ ਲੈ ਜੇ ਤੇਰਾ, ਇਹ ਆ ਲੈ। ਵਾਹ ਆ ਕੀ ਹੈ? ਏ ਫਾਰ ਸਿਓ। ਸਿਓ ਨੀ ਬਾਪੂ, ਏ ਫਾਰ ਐਪਲ ਹੁੰਦਾ। ਭੋਲੇ ਕਾ ਕਾਲਾ ਨੀ, ਬੀ ਹੈ, ਬੀ ਫਾਰ ਬੋਏ, ਬੀ ਫਾਰ ਭੋਲੇ ਕਾ ਕਾਲਾ, ਖਸਮਾ ਬੀ ਫਾਰ ਬੋਏ, ਬੀ ਫਾਰ ਬੋਏ। ਠੀਕ ਹੈ ਠੀਕ ਹੈ, ਉਹ ਕੋਈ ਨਾ, ਗਲਤੀ ਹੋ ਜਾਂਦੀ ਹੈ, ਇੱਕ ਅੱਧੀ ਗਲਤੀ ਬੰਦੇ ਤੋਂ ਹੋ ਹੀ ਜਾਂਦੀ ਹੈ, ਦੋ ਗਲਤੀਆਂ ਇਕੱਠੀਆਂ ਹੋ ਗਈਆਂ। ਹੋਰ ਪੁੱਛ ਲਾ ਆ ਕੀ ਹੈ? ਸੀ ਫਾਰ ਮਾਣੋ ਬਿੱਲੀ। ਮੇਰਾ ਜੀ ਕਰਦਾ ਮੈਂ ਜੁੰਡੇ ਪੱਟ ਲੈ। ਉਹ ਮਾਣੋ ਬਿੱਲੀ ਆ ਦੇਖ, ਅਰੇ ਮਾਣੋ ਕੀ ਪੜ ਕੇ ਆਉਣਾ ਉੱਥੇ ਤੂੰ? ਪੁੱਤ ਬਾਪੂ ਪੜਿਆ ਕਰ, ਸਿਆਣਾ ਬਣ। ਠੀਕ ਆ, ਪੜ੍ਹ ਕੇ ਜਿਹੜੇ ਬੰਦੇ ਹੁੰਦੇ ਨਾ ਚੰਗੇ ਲੱਗਦੇ ਆ ਪੜ੍ਹਦੇ। ਉਹ ਕੋਈ ਨਾ, ਸੀ ਫਾਰ ਕੈਟ ਹੁੰਦਾ। ਸੀ ਫਾਰ ਕੈਟ, ਹਾਂ ਸੀ ਫਾਰ ਕੈਟ, ਕੈਟ ਮੇਨੇ ਬਿੱਲੀ। ਸੀ ਫਾਰ ਕੈਟ, ਕੈਟ ਮੇਨੇ ਬਿੱਲੀ। ਚੱਲ ਮਾਣੋ ਬਿੱਲੀ ਕਹਿ ਲਾ, ਪਰ ਹਿੰਦੀ ਬਿੱਲੀ ਹੈ। ਠੀਕ ਹੈ, ਐਂ ਪੜ੍ਹਿਆ ਕਰ, ਮੇਰੀ ਗੁਗਲੀ ਮੁਗਲੀ, ਮੇਰੀ ਬਿੱਲੀ ਮੁਗਲੀ, ਮੇਰੀ ਭੋਜੀ ਮੋਜੀ, ਐਂ ਪੜ੍ਹਿਆ ਕਰ ਚੰਗੀ ਤਰ੍ਹਾਂ। ਠੀਕ ਹੈ, ਇਹ ਮੈਂ ਚੱਲੂ ਨਾ ਟੋਪੀਆਂ ਲੈ ਕੇ ਦੇਊਂਗਾ, ਪੰਜਾਂ ਦੀਆਂ ਇੰਨੀਆਂ ਸਾਰੀਆਂ। ਸੌ ਖਾ ਦੇਖੋ, ਕਾਲੀ ਤੇਰੀ ਸੌ ਲੱਗੇ। ਜਾ ਪੜ੍ਹਾ ਕਰ, ਤੂੰ ਲਿਆ ਟੋਪੀਆਂ, ਜੇ ਆ ਗੱਲ ਆ ਫਿਰ ਮੈਂ ਲਾਉਣਾ ਦਿਮਾਗ ਇਹਦੇ। ਲਾਏਗਾ ਨਾ? ਮੈਂ ਪੂਰਾ ਮੈਂ ਪੜ੍ਹ ਦੂੰਗਾ ਸਾਰਾ ਕਾਇਦਾ। ਚੱਲ ਠੀਕ ਹੈ, ਮੈਂ ਤੇਰੇ ਤੇ ਟੋਪੀਆਂ ਲੈ ਕੇ। ਹਾਂ ਟੋਪੀਆਂ ਲੈ ਕੇ ਆ, ਮੈਨੂੰ ਪੜ੍ਹਾਉਣ ਆਏ ਜੀ। ਉਹ ਮੈਂ ਤਾਂ ਪੜ੍ਹਾ ਕੇ ਮੇਰਾ ਜਾਂ ਪੜ੍ਹਾਂਗੇ ਬਾਅਦ ਚੋਂ, ਪਹਿਲਾਂ ਤਾਂ ਪੈਂਦੇ ਆ। ਪਤੀ ਸਬਜ਼ੀ ਮੇ ਨਮਕ ਕਿਉਂ ਨਹੀਂ ਹੈ? ਪਤਨੀ ਵੋ ਸਬਜ਼ੀ ਥੋੜ੍ਹੀ ਸੀ ਜਲ ਗਈ ਥੀ ਤੋ ਨਮਕ ਕਿਉਂ ਨਹੀਂ ਡਾਲਾ? ਹਮ ਜਲੇ ਪਰ ਨਮਕ ਨਹੀਂ ਛਿੜਕਦੇ। ਇਹ ਵੀ ਪਤੰਦ ਰਾਤੀ ਕਰਾਉਂਦੇ ਨੇ। ਉਹ ਤੇਰਾ ਭੁਲਾ ਹੁੰਦੀ, ਉਹ ਥੋੜ੍ਹੇ ਮੋਟੇ ਤਾਂ ਕੱਪੜੇ ਪਾ ਲਿਆ ਕਰੋ, ਦੇਖ ਕਿਵੇਂ ਗਰੀਬੀ ਦਿਖਾਈ ਆ ਗਈ। ਆਹ ਮੇਰੇ ਵਾਲੇ ਚਾਦਰੇ ਦੇ 5-6 ਸੂਟ ਬਣ ਜਾਣੇ ਨੇ। ਏ ਫਾਰ ਐਪਲ, ਏ ਫਾਰ ਐਪਲ। ਬੱਲੇ ਬੱਲੇ, ਮੇਰੀ ਗੁਗਲੀ ਬੁਗਲੀ ਪੜੀ ਜਾਂਦੀ ਆ, ਮੇਰੀ ਮਾਣੀ ਨਾਲ ਪੜੀ ਜਾਂਦੀ ਆ। ਏ ਫਾਰ ਐਪਲ, ਹਾਂ ਹੁਣ ਆਇਆ ਲੈਣ ਤੇ। ਹਾਂ ਤੇ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ ਦਿੰਦਾ। ਏ ਫਾਰ ਐਪਲ, ਠੀਕ ਆ ਨਾ? ਪਰ ਬਾਪੂ ਮੈਂ ਤੈਨੂੰ ਐ ਕਹਿਣਾ ਵੀ ਪੜ੍ਹਾਈ ਦੇ ਨਾਲ ਨਾਲ ਥੋੜਾ ਜਿਹਾ ਕੰਮ ਧੰਦੇ ਵੱਲ ਵੀ ਧਿਆਨ ਦਿਆ ਕਰ। ਉਹ ਦੇਖ ਰੰਭੀ ਜਾਂਦੀਆਂ, ਪੱਠੇ ਪਾ ਲੈਂਦਾ। ਉਹ ਮੈਥੋਂ ਦੋ ਦੋ ਕੰਮ ਨਹੀਂ ਹੋਣੇ ਸ਼ੇਰਾ, ਦਾ ਤਾਂ ਮੈਥੋਂ ਪੜ੍ਹਾਈ ਹੋਊਗੀ ਜਾਂ ਫਿਰ ਕੰਮ ਹੀ ਹੋਊਗਾ। ਹੁਣ ਤੂੰ ਦੱਸ ਕੰਮ ਕਰਾਂ ਕਿ ਪੜ੍ਹਾਈ ਕਰਾਂ? ਇਹ ਉਹ ਦਾਲ ਬਣਾ ਲਈ ਸੀ
जे मैं दाल बनाने लग गया मास्टर ने सवेरे मेरा मुर्गा बना देना जाके। तू आप घर का कम देख, जे पंजाबी हुंदी जा हिंदी हुंदी फिर मैं नाल कम करा दंदा, अंग्रेजी ने तो मेरे तू ही तोड़ रखी है कि बहुत औखी है। लो जी बापू तो सीरियसली लै गया। चल कोई गल नहीं बापू, तू ऐ करया कर, तू बस पढ़िया कर। हाँ। मैं पाऊ ठीक है, रोटियां मैं पकाऊ ठीक, कपड़े लते मैं तू ठीक, तू पढ़ाई से जोर दे दे मेरा बापू बड़े। मैं सारा कायदा पढ़ दूंगा, मेरा मतलब वो की हुंदा है। हाँ बुक 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 बुक। हाँ। सारी बुक पढ़ दूंगा। पढ़ ला पढ़ ला पढ़ ला। बस ठीक है। ए फॉर एप्पल, एप्पल मैंने सेब। शाबाश। ए फॉर एप्पल, एप्पल मैंने सेब। वेरी गुड। ए फॉर एप्पल, अपा तो पढ़िए अखबार। ए तेरा भला हो जी, देख कि मैं जफ्फी पाई खड़े ने गे जिमें करंट वाली तारा लग गए हूं। बी फॉर बी, आप बी फॉर भोले के काले दे मुंडे दा नाम की रखा थी बी फॉर ते भोले के काले दा नाम रखा सीगा आपा डाणी रखा सी बी फॉर बॉय हुंदा। हां 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 बी फॉर भोले के काले दे मुंडे दा नाम की बी फॉर बॉय, बी फॉर सीधे ही बॉय, बी फॉर बॉय बॉय माने लड़का, बी फॉर बॉय बॉय माने लड़का। मैं हूं मुंह चे पढ़ूंगा चंगा, तंग नहीं करता थानू। आप बिच ही रख लें की पता लगना। मैं बापू नु इवें समझता सी, बापू का पूरा इंटेलिजेंस। देख के मैं दंद कढ़िया, अज देख दी जिवें कदे अंग्रेजी पढ़ता बुढ़ा नहीं देखा हुंदा। जिवें बापू रेस फड़ी बैठा है इस हिसाब ने तो जल्दी कनेडा वाली रेल की बड़ी हथ पाऊंगा। एप्पल, ए फॉर सेब हुंदा, बी फॉर बॉय, बी फॉर बॉय, ओए बॉय नी हाय और बा कौन समझावे, बी फॉर भोले का काला, सी फॉर कैट, सी फॉर कैट, कैट मेरा बिल्ली, कैट मेरा बिल्ली। मास्टर जी आ मिस गल्ला मारी जांदा जी गैस छड्डी जांदा, इहनू भेजो जी इहदे दर्द होण लग्या होयागा। जा बच्चा जा टॉयलेट जा जा। शाबाश। बी फॉर बॉय, बी फॉर बॉय, बॉय मेरा लड़का, बॉय मेरा लड़का, सी फॉर कैट, सी फॉर कैट, ए फॉर एप्पल, एप्पल मान गए मेरी कुचरी मुचरी नी मेरी गोली मोली, बी फॉर बॉय, ए बढ़िया कर लड़का, बी फॉर कैट, कैट मैंने मारो बिल्ली। और तो मैं सारी किताब पढ़ती। ओए हा तारे दा बापू किधर आ गया, ये मुंडे दी मैं रोटी खा के चक किते लाभ देन तक नहीं आ गया। लुकी ओ पत्ता ओ दीपे तू खादे ने मुंडे दे परौंठे? मैं तो नहीं खादे इन्हां दे मुंडे दे परौंठे, मैं तो उही खादे जिहड़े तू तन्न खुंजे जे ला के दित्ते सीगे। मैं कदों खादे तेरे आलू वाले परौंठे? हाँ हाँ आ देखे ना तुम्हें पता लगा आलू वाले परौंठे दा। तू नाले परौंठियां जिहियां ने लाहिया कर, थोड़ियां थोड़े आटा पा लिया कर बच्चे, परौंठे लाहिया कर बड़े बड़े। अंग्रेजी पढ़ रहा बहुत भुख लगती है, दिमाग लगता है, तू ही दुखन लग जाती है जो पढ़ते हैं।
ਹੁਣ ਫਿਰ ਭੁੱਖ ਜੀ ਲੱਗੀ ਦਾਹੀ ਪੁੱਤ ਬਣ ਕੇ ਦਾਹੀ ਚਾਰ ਕੱਪੜੇ ਉਠੇ ਖਾ ਕੇ ਫਿਰ ਪੜ੍ਹਾਈ ਕਰਨੀ ਆ ਮੈਂ ਤਾਂ ਬਹੁਤ ਤੇਜ਼ ਹੋ ਗਿਆ ਕਰ ਲਾ ਮਨ ਮਰਜ਼ੀਆਂ ਜੇ ਤੈਨੂੰ ਉੱਥੇ ਜਾ ਕੇ ਬੇਰ ਤੋੜ ਦੇਣਾ ਨਾ ਲਾਇਆ ਤਾਂ ਮੈਨੂੰ ਦੀਪਕ ਨੇਡੀਆਂ ਵਾਲਾ ਜੀ ਨੇ ਜਿਹੜਾ ਕੋਈ ਗੱਲ ਨੀ ਪੁੱਤ ਜੀਤ ਪੰਚਰ ਵਾਲੇ ਦੇ ਪੰਚਰ ਲਾਉਂਦੇ ਸੀਗੇ ਮੈਂ ਤਾਂ ਸਾਰੇ ਟੱਬਰ ਨੂੰ ਪਾਨੇ ਚ ਪਾ ਦੂ ਤੂੰ ਤਾਂ ਲੈ ਨਜ਼ਾਰੇ ਉਮਰ ਚ ਕਿੱਥੇ ਪੜ੍ਹਾਈਆਂ ਹੁੰਦੀਆਂ ਨੇ ਲਾਤਾ ਹੁਣ ਆਪਾਂ ਤਾਂ ਹੁਣ ਸੌਂਦੇ ਆ ਨਜ਼ਾਰੇ ਨਾਲ ਹੁਣ ਕਿੱਥੇ ਸਕੂਲ ਜਾਇਆ ਜਾਂਦਾ ਆਪਾਂ ਤੋਂ ਅੰਗਰੇਜ਼ੀ ਨੂੰ ਮਾੜਾ ਮੋਟਾ ਮੂੰਹ ਮਾਰ ਲੈਣਾ ਬਾਪੂ ਦਾ ਹੀ ਆ ਬਸ ਬਾਪੂ ਚਾਰ ਅੱਖਰ ਸਿੱਖ ਗਿਆ ਅੰਗਰੇਜ਼ੀ ਦੇ ਵਿਚੋਲੇ ਖੁਸ਼ ਹੋ ਜਾਣਗੇ ਘਰ ਵਸਦਾ ਹੋ ਜੂਗਾ ਨਾਲੇ ਬਾਪੂ ਦਾ ਐਵੇਂ ਨੀ ਮਾਣ ਫਿਰ ਵੇਖੀ ਕਰਦਾ ਡਰਾਮੇ ਬਾਜੀਆਂ ਬਾਪੂ ਦਾ ਵੀ ਤੋਪਾ ਉੱਥੇ ਭਰਾ ਦਿਆਂਗੇ ਕੋਈ ਤੋਕੜ ਜੀ ਲੱਭ ਕੇ ਬਾਪੂ ਦੇ ਵੀ ਆਨੰਦ ਕਾਰਜ ਉੱਚੀ ਹੋ ਜਾਣਗੇ ਮੇਰੀ ਤੇਰੇ ਬੇਬੇ ਨਾਲ ਪਤਾ ਕਿੰਨਾ ਪਿਆਰ ਹੈਗਾ ਸੱਤ ਜਨਮਾਂ ਦੀ ਸਾਂਝ ਆ ਸਾਡੀ ਉਹ ਚੱਲ ਫਿਰ ਗੁੱਸਾ ਕਾਹਤੋਂ ਕਰਦਾ ਮੈਂ ਤੈਨੂੰ ਐਂ ਪੁੱਛਦਾ ਵੀ ਸਕੂਲੋਂ ਕਾਹਤੋਂ ਆ ਗਿਆ ਅੰਗਰੇਜ਼ੀ ਨੀ ਆਉਂਦੀ ਹੈਗੀ ਮੈਥੋਂ ਅੰਗਰੇਜ਼ੀ ਤੋਂ ਤਾਂ ਬਾਹਲਾ ਡਰ ਲੱਗਦਾ ਮੈਨੂੰ ਕੋਈ ਨੀ ਸਿੱਖੀ ਜਾਊਗੀ ਥੋੜਾ ਦਿਮਾਗ ਤੇ ਜੋਰ ਦੇਗਾ ਸਿੱਖੀ ਜਾਊਗੀ ਪੈ ਜਾ ਹੁਣ ਆਰਾਮ ਕਰ ਲਾ ਕੋਈ ਗੱਲ ਨੀ ਦੀਪਿਆ ਕੀ ਗੱਲ ਸੁਸਤਿਆ ਕਿਵੇਂ ਬੈਠਾ ਕੀ ਗੱਲ ਹੋਈ ਆ ਦੀਪਿਆ ਕਿਵੇਂ ਸੁਸਤ ਬੈਠਿਆ ਗੱਲ ਵੀ ਕਰੇਗਾ ਯਾਰ ਮੈਨੂੰ ਨਹੀਂ ਲੱਗਦਾ ਵੀ ਬਾਪੂ ਅੰਗਰੇਜ਼ੀ ਸਿੱਖਿਆ ਜੇ ਬਾਪੂ ਅੰਗਰੇਜ਼ੀ ਨਾ ਸਿੱਖਿਆ ਤਾਂ ਮੇਰਾ ਵਿਆਹ ਨਹੀਂ ਹੋਣਾ ਜੇ ਵਿਆਹ ਨਾ ਹੋਇਆ ਤਾਂ ਫਿਰ ਕੈਨੇਡਾ ਕਿਵੇਂ ਪਹੁੰਚੂਗਾ ਸਮਝੋ ਬਾਹਰ ਹੋਈ ਪਈ ਕਹਾਣੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕੀ ਕਰਾਂ ਅਸੀਂ ਦੱਸਦਿਆਂ ਤੈਨੂੰ ਤਰੀਕਾ ਇਹੋ ਜਿਹਾ ਫਾਰਮੂਲਾ ਨਾ ਬਾਪੂ ਪਟਰ 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 ਅੰਗਰੇਜ਼ੀ ਬੋਲੂਗਾ ਇਹੋ ਜਿਹਾ ਕਿਹੜਾ ਫਾਰਮੂਲਾ ਫਾਰਮੂਲਾ ਨੰਬਰ 415 ਦੱਸ ਕੜਵੰਤ ਤਰੀਕਾ ਇਹਨੂੰ ਠੀਕ ਹੈ ਇਹ ਠੀਕ ਹੈ ਲੈ ਬਾਈ ਜੀ ਦੱਸਿਆ ਸਾਰੀ ਉਮਰ ਹੋ ਗਈ ਪੰਚਰ ਲਾਉਂਦਿਆਂ ਦੀ ਨਾ ਤਾਂ ਪੰਚਰਾਂ ਤੋਂ ਕੁਛ ਬਣਦਾ ਤੇ ਉੱਤੋਂ ਹੁਣ ਅੰਗਰੇਜ਼ੀ ਸਿੱਖਣ ਲੱਗਦੇ ਮੁੰਡੇ ਨੇ ਕਹਿੰਦਾ ਅੰਗਰੇਜ਼ੀ ਸਿੱਖ ਉਹ ਅੰਗਰੇਜ਼ੀ ਸਾਨੂੰ ਕਿੱਥੋਂ ਆਊਗੀ ਅਸੀਂ ਤਾਂ ਬੁੜੇ ਆੜੇ ਦੇ ਆਦੀ ਹਾਂ ਹੁਣ ਤਾਂ ਮੈਨੂੰ ਕੋਲ ਇੱਕੇ ਕੰਮ ਰਹਿ ਗਿਆ ਵੀ ਜੀ ਦੱਸਿਆ ਉਮਰ ਬਹੁਤ ਹੋ ਗਈ ਪਾਠ ਪੂਜਾ ਹੀ ਕੰਮ ਆਊਗੀ ਆਪਾਂ ਤਾਂ ਪਾਠ ਪੂਜਾ ਕਰਦੇ ਹਾਂ ਮੈਨੂੰ ਵੀ ਪਤਾ ਦਾਰੂ ਆ ਬੇ ਉਰੇ ਕਿਉਂ ਚੱਕ ਲੈ ਕੇ ਆਇਆ ਇਹ ਪਤਾ ਕਿਉਂ ਲੈ ਕੇ ਆਇਆ ਵੀ ਤੂੰ ਅੰਗਰੇਜ਼ੀ ਸਿੱਖ ਨਹੀਂ ਸਕਿਆ ਇਹਨੂੰ ਪੀ ਕੇ ਬੰਦਾ ਅੰਗਰੇਜ਼ੀ ਬੋਲਣ ਲੱਗਾ ਮੈਂ ਨੀ ਦਾਰੂ ਪੀਣੀ ਸਾਡੇ ਤਾਂ ਬਾਪ ਦਾਦੇ ਨੇ ਨੀ ਦਾਰੂ ਪੀਤੀ
ਚੱਲ ਬਈ ਪੁੱਤਰਾ ਬਾਜ਼ਾਰ ਚ ਘੁੰਮ ਕੇ ਆਈਏ, ਨਾਲੇ ਸੌਦਾ ਪੱਤਾ ਲਿਆਵਾਂ, ਘਰ ਦਾ ਸਾਰਾ ਸਮਾਨ ਮੁੱਕਿਆ ਪਿਆ। ਤੂੰ ਜਾ ਬਾਪੂ, ਮੇਰਾ ਮੂਡ ਆਫ ਹੈ। ਕੀ ਆਫ ਹੈ? ਮਨ ਖਰਾਬ ਹੈ। ਅੱਛਾ, ਕੀ ਗੱਲ ਹੋ ਗਈ? ਗੱਲ ਕੀ ਹੋਣੀ ਸੀ, ਬਸ ਇੱਕੋ ਇੱਕ ਰਾਹ ਬਚਿਆ ਸੀ ਬਾਹਰ ਜਾਣ ਦਾ, ਤੇਰੇ ਕਰਕੇ ਉਹ ਵੀ ਖਰਾਬ ਹੋ ਗਿਆ ਸਾਰਾ। ਕੁੜੀ ਵਾਲੇ ਨੇ ਵਿਚੋਲੇ ਦੇ ਹੱਥ ਸੁਨੇਹਾ ਘੱਲਿਆ ਸੀ ਵੀ ਮਹੀਨੇ ਦੇ ਵਿੱਚ ਵਿੱਚ ਅੰਗਰੇਜ਼ੀ ਸਿੱਖ ਲਓ, ਕਨੇਡਾ ਪੱਕਾ। ਪਰ ਕਿੱਥੇ, ਤੂੰ ਤਾਂ ਜਿਵੇਂ ਜੇਲ੍ਹ ਹੀ ਫੜ ਲਈ ਵੀ ਮੈਂ ਤਾਂ ਅੰਗਰੇਜ਼ੀ ਸਿੱਖਣੀ ਹੀ ਨਹੀਂ। ਤੇਰੇ ਕਰਕੇ ਮੇਰੀਆਂ ਬੇੜੀਆਂ 'ਚ ਵੱਟੇ ਪਏ ਆ, ਮੇਰਾ ਕੈਰੀਅਰ ਖਰਾਬ ਹੋ ਗਿਆ। ਤੂੰ ਇੱਕ ਕਾਬਲ ਬਾਪ ਨਹੀਂ ਹੈ, ਤੇਰੇ ਵਰਗੇ ਬਾਪ ਦੇ ਤਾਂ ਪਕੌੜੇ ਵੇਚ ਕੇ ਖਾ ਜਾਣੇ ਚਾਹੀਦੇ ਆ। ਤਲਾਕ, ਤਲਾਕ! ਉਹ ਬਸ ਕਰ ਪੁੱਤਰਾ, ਬਸ ਕਰ, ਤੀਜੀ ਵਾਰ ਨਾ ਕਹੀਂ। ਕੋਈ ਗੱਲ ਨਹੀਂ, ਮਹੀਨੇ ਦਾ ਟਾਈਮ ਸੀਗਾ, ਹਜੇ 10 ਦਿਨ ਪਏ ਨੇ, ਮੈਂ ਲਾਉਣਾ ਕੋਈ ਜੁਗਾੜ। ਮਿਸਟਰ ਗੈਰੀ ਕੈਨੇਡਾ ਤੋਂ, ਤੇ ਰਿਸ਼ਤੇ ਵਾਸਤੇ ਯੈਸ ਨੂੰ ਇਹਨਾਂ ਨੇ ਕਰਤੀ। ਹੈਲੋ 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 ਮਿਸਟਰ ਗੈਰੀ, ਹਾਊ ਆਰ ਯੂ? ਆਮ ਫਾਈਨ। ਓਕੇ ਓਕੇ ਓਕੇ, ਆਈ ਐਮ ਕੁਲਦੀਪ ਦੀਪਾ ਐਂਡ ਵੈਲ ਐਜੂਕੇਟਡ, ਵੈਲ ਪਰਸਨੈਲਿਟੀ, ਅ ਪਰਸਨ ਆਫ ਦਿਸ ਵਿਲੇਜ, ਹਾਊ ਯੂ ਨੋ, ਐਂਡ ਮੀਟ ਮਾਈ ਫਾਦਰ ਮਿਸਟਰ ਜੀਤ ਪੰਚੇ ਵਾਲਾ। ਹੈਲੋ ਹੈਲੋ ਹੈਲੋ, ਹਾਊ ਆਰ ਯੂ? ਆਮ ਫਾਈਨ। Young boy, I am Jeet Pancher, this is my son, I am very intelligent and very educated man, this village. ਆਪਾਂ ਗੜੇਲ ਕੱਢੀ ਹੋਣਾ ਅੰਗਰੇਜ਼ੀ ਵਾਲੇ। ਉਹ ਤੈਨੂੰ ਕਿਹਾ ਤਾਂ ਸੀਗਾ ਵੀ ਜੀਤ ਜਦੋਂ ਲਾਉਂਦਾ ਪੱਕਾ ਪੰਚਰ ਹੀ ਲਾਉਂਦਾ, ਲਾਤਾ ਨਾ। ਨਾਲੇ ਅੰਗਰੇਜ਼ੀ ਅੰਗਰੇਜ਼ੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਦੋਂ ਮਰਜ਼ੀ ਚੱਕ ਲੈ ਬੰਦਾ। Mr. Gary, tell me about marriage, you know, marriage.
देखो जी अंग्रेजी बोलने वाले रिश्ते तो सानू कनेडा च बहुत सी असी पंजाब च विआह करना सी कि पंजाबी कल्चर नाल जुड़े रहिए आ रोमी जी सानू ये रिश्ता मंजूर नहीं चलो चलिए ओ एक एक मिनट गैरी जी एक मिनट गल तो सुन लो असी तो आप पंजाबी हां पंजाबी पहरावे नु प्यार करदे हां पंजाबी मां बोली नु प्यार करदे हां ये तो मैनु मुंडे ने कहता कहंदा ओ अंग्रेजी सीखनी पैनी है कहंदा उन्हां नाल रिश्ता करना है ओहो ओ मैं तो तुहानू कहा सी कि फैमिली पढ़ी लिखी होनी चाहिए है तुसी होर अंग्रेजी दे चक्करां च पै गए असीं तां प्योर पेंडू आ जी ओ अच्छा अच्छा तुसीं सारे गलत फहमी च रह गए मैनू ये रिश्ता मंजूर है जी तुसीं तां पंजाबी मां बोली नाल जुड़े हुए हो ओके मुबारक है जी लो जी मेरी